ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਉਮੀਦ ਹੈ ਜੀ ਸਾਰੇ ਭੈਣ ਭਰਾ ਠੀਕ ਠਾਕ ਉਸੋ, ਖੁਸ਼ਬਾਸ਼ ਉਸੋ, ਅੱਲਾਹ ਤਾਲਾ ਨੇ ਇਸੋ ਅਮਾਨ ਵਿੱਚ ਉਸੋ ਆਪਣੀ ਜ਼ਿੰਦਗੀ ਐਸਾ ਅੰਦਾਜ਼ ਨਾਲ ਗੁਜ਼ਾਰਨੇ, ਉਸੋ ਅੱਲਾਹ ਤਾਲਾ ਨੇ ਦਿੱਤੀਆਂ ਨਿਮਤਾਂ ਦਾ ਸ਼ੁਕਰ ਅਦਾ ਕਰਨੇ, ਉਸੋ ਮੁਸੀਬਤ ਪਿਛਾਣ ਵਿੱਚ ਸਬਰ ਅਤੇ ਅਮਲ ਕਰਨੇ। ਉਸੋ ਮੇਰੀ ਵਲਾਗਰ ਹਾਜ਼ਰ ਹੈ ਇੱਕ ਨਵਾਂ ਖੂਬਸੂਰਤ ਜਿਹਾ ਵਲਾਗ ਕਿ ਤੁਹਾਨੂੰ ਖਿਦਮਤ ਵਿੱਚ। ਕਸ਼ਮੀਰੀ ਵਲਾਗਰ ਦੀ ਤਰਫੋਂ ਮੇਜ਼ਬਾਨ ਇਸਰਾਰੀਆ ਕੋ ਸਫੀਰ ਅਹਿਮਦ। ਸਾਡਾ ਜਿਹੜਾ ਨਵਾਂ ਡਡਿਆਲਾ ਉਸ ਨਾਲ ਤਾਂ ਸਾਰੇ ਬੰਦੇ ਹੀ ਵਾਕਫ ਹੋ, ਲੇਕਿਨ ਸਾਡਾ ਇੱਕ ਪੁਰਾਣਾ ਡਡਿਆਲ ਵੀ ਸਾ ਡੇਮ ਉਸਨੇ ਤੋਂ ਪਹਿਲੇ। ਅੱਜ ਇਹ ਹੈ ਕਿ ਅਸਾਨੀ ਕੋਸ਼ਿਸ਼ ਇਹ ਹੋ ਸੀ ਹੈ ਕਿ ਤੁਸਾਂ ਕੀ ਪੁਰਾਣੇ ਡਡਿਆਲ ਨੇ ਜਿਹੜੀ ਰੋਡ ਹੈ ਉਸਨੇ ਵਜੂਸਾਂ ਅੱਗੇ, ਬਾਕੀ ਤਾਂ ਅੱਗੇ ਜੁਸਾਂ ਦਾ ਪਤਾ ਲੱਗ ਸੀ ਹੈ ਕਿ ਆਇਆ ਗਿਆ ਜਿਹੜਾ ਡਡਿਆਲ ਆ ਉਹ ਵੀ ਨਵਾਂ ਆ ਜਾਂ ਪੁਰਾਣਾ ਆ। ਸਾਡੇ ਸਾਹਮਣੇ ਬੋਰਡ ਵੀ ਲਗਾ, ਉਹ ਪੁਰਾਣੇ ਜਿਹੜਾ ਸ਼ਹਿਰ ਸਾ ਉੱਧਰ ਜਿਹੜੀ ਜਾਣਾ ਹੋਣਾ ਸਾ ਉਹ ਉਸ ਰਸਤੇ ਪਰ ਅੱਜ ਇਨਸ਼ਾਅੱਲਾ ਜਾ ਸਾਂ ਆ, ਡੇਮ ਸਾਈਡ ਵੀ ਇਨਸ਼ਾਅੱਲਾ ਵਿਜ਼ਿਟ ਕਰ ਸਾਂ। ਮਾੜਾ ਖਿਆਲ ਹੈ ਪਾਪੇ, ਜਿਹੜੀ ਪੁਰਾਣੀ ਰੋਡ ਨਹੀਂ ਜਾਣੀ ਹੋਣੀ ਸੀ ਨਾ, ਜਾਂ ਨਿਕਲੀ ਹੋਣੀ ਸੀ ਛੱਪਰਾਂ ਤੋਂ। ਅੱਛਾ, ਠੀਕ ਹੈ, ਇਹ ਰੋਡ ਜਾਣੀ ਹੋਣੀ ਸੀ ਅੱਗੇ। ਅਗਰ ਤੁਹਾਨੂੰ ਇਹ ਯਾਦ ਹੋਇਆ ਕਿ ਇੱਕ ਰਸਤਾ ਸੀ, ਇੱਕ ਜਗ੍ਹਾ ਐਸੀ ਥਾ, ਉਹ ਕ੍ਰਸ਼ ਮਸ਼ੀਨ ਜੀ ਲੱਗੀ ਹੋਈ ਹੈ, ਉੱਥੋਂ ਪਾਰ ਰੋਡ ਜਿਹੜੀ ਜਾਈ ਲੱਗਣੀ ਹੋਣੀ ਸੀ ਵਿੱਚੋਂ, ਕੋਈ ਪੁਰਾਣੇ ਬਜ਼ੁਰਗ ਅਸੀਂ ਮਿਲੇ ਸੀ, ਉਹਨਾਂ ਦੱਸਿਆ ਸਾ ਖੂਹ ਖੋਲੂ ਗਈ ਕਿ ਪੁਰਾਣੀ ਰੋਡ ਸ਼ਾਰਟ ਲੱਗਣੀ ਹੈ ਪਾਰ, ਲੇਕਿਨ ਅੱਗੇ ਜਿਸ ਤਰ੍ਹਾਂ ਇਨਸ਼ਾਅੱਲਾ ਕਨਫਰਮ ਹੀ ਹੋਈ ਜਾਸੀ ਕਿ ਇਹ ਰੋਡ ਵਾਕਈ ਉੱਥੇ ਹੀ ਲੱਗਣੀ। ਲੁਧਿਆਣਾ ਉਹ ਸਾਈਨ ਨਹੀਂ ਬਣੀ ਰੋਡ ਪਰ, ਇੱਕ ਰੋਡ ਕਿੱਦਾਂ ਆ ਪੁਰਾਣੇ ਡਡਿਆਲ ਇਸ ਵਿੱਚ ਸਾ ਲਿਆ ਪਹਿਲਾਂ ਇਸ ਨਾਲ। ਠੀਕ ਹੈ, ਜ਼ਹਿਰ ਜਿਸ ਤਰ੍ਹਾਂ ਜਾ ਸਾ ਅਸਾਂ ਉਹ ਵਿਜ਼ਿਟ ਕਰਨੇ ਜਾ ਸਕਦੇ ਇਨਸ਼ਾਅੱਲਾ। ਮੈਂ ਜਲਾ ਕੇ ਆਇਆ ਹਾਂ ਕਸ਼ਤੀਆਂ ਮੁਝੇ ਵਾਪਸੀ ਕੀ ਸਦਾ, ਮੈਂ ਜਲਾ ਕੇ ਆਇਆ ਹਾਂ ਕਸ਼ਤੀਆਂ ਮੁਝੇ ਵਾਪਸੀ ਕੀ ਸਦਾ। ਸ਼ੁਰੂ ਹੋਈ ਵੀ ਕਿਆ ਨਾਮ ਲਵਾਈ ਲਵਾਈ, ਯਾਨੀ ਕਿ ਆਹੀ ਸਕਦੇ ਜੇ ਆਈ ਜਾ ਜਲਦੀ ਸੀਜ਼ਨ ਕਣਕਣ ਇੱਧਰ ਜ਼ਿਆਦਾ ਅਕਸਰ ਲੋਕ ਇੱਕੇ ਫਸਲ ਬਿਲਕੁਲ ਉਗਾਉਣੇ, ਮਾਸ਼ਾਅੱਲਾ ਤਾਂ ਹੀ ਫਸਲ ਵੀ ਅੱਛੀ ਹੋਣੀ ਹੈ ਨਾ। ਬਿਲਕੁਲ ਬਿਲਕੁਲ, ਮੇਨ ਕਿ ਟਾਈਮ ਮਿਲੀ ਜਾਣਾ ਯਾਰ, ਲੇਕਿਨ ਜੇ ਸਾਰੇ ਸਾਹਮਣੇ ਜਿਹੜੇ ਜਾਣੇ ਨਾ ਜਨਵਰ ਇਹ ਵੀ ਆਜ਼ਾਦ ਨੇ, ਤਾਂ ਕਿਤਨਾ ਨਜ਼ਾਰਾ ਪਿਆਰਾ ਪੇਸ਼ ਕਰਨੇ ਮਾਸ਼ਾਅੱਲਾ। ਰੰਗ ਬਿਰੰਗੇ ਇਹਨਾਂ ਦੀ ਆਜ਼ਾਦੀ ਦੇ ਦਿਹਾੜੇ ਵੀ ਥੋੜ੍ਹੇ ਰਹਿ ਗਏ ਪਾਪੇ, ਜਿਵੇਂ ਕਿ ਜਿਸ ਵੇਲੇ ਕਣਕ ਰਾਉਣ ਜਾਸੀ ਬਿਲਕੁਲ, ਫਿਰ ਇਹਨਾਂ ਅੱਗੇ ਵੀ ਬੰਦ ਕਰਨਾ ਪਏ ਸੀ। ਲੱਗ ਰਿਹਾ ਕਿ ਬਾਲੀਆਂ ਦਾ ਲਿਆ ਜਿਸਨੇ ਪਾਣੀ ਵੀ ਜਿਸ ਨਾਲ ਆਏ ਨੇ ਭਾਈ ਹੋਰ ਲੈਣੇ, ਅਤੇ ਬਾਦਸ਼ਾਹ ਹੋਈਆਂ ਨਾ ਉਹ ਸ਼ਾਇਦ ਨਹੀਂ ਗੱਲ ਉਹਨਾਂ ਨਾਲ ਲਈਆਂ ਉਸ ਨੂੰ ਬੈਠ ਹੋ ਗਿਆ ਗੱਲ। ਅਤੇ ਪਾਪੇ ਜਿਹੜੇ ਤੁਹਾਨੂੰ ਅਲਫਾਜ਼ ਇਸਤੇਮਾਲ ਕਰਨੇ ਘੜੇ ਵੀ ਸਮਝਣੇ ਲੱਗਣੀ, ਪਹਿਲੇ ਕਿਹਾ ਵਿਆਸ ਨੇ ਪਹਿਲੇ ਆ ਦੱਸਿਆ ਨੇ ਕਿ ਬਾੜੀ ਕਿਆ ਕਰਨੇ ਪੈਣ, ਲਵਾਈ ਕਰਨੇ ਪੈਣ, ਅੱਛਾ ਲੈਣੇ ਕੀ ਲਵਾਈ, ਹੁਣ ਬੈਠ ਮਤਲਬ ਪੁਰਾਣਾ ਬਿਲਕੁਲ ਆ ਹੀ ਸਕਦੇ ਹੋ ਕਿ ਦੇਸੀ ਮਾਹੌਲ ਕੋਈ ਜੋ ਨਾ ਬਿਠਾ ਸੀ ਦਿਹਾੜੀ ਬੰਦੇ ਭੇਣੇ, ਉਹਨਾਂ ਖੱਟਾਂ ਰੱਖੀਆਂ ਹੋਈਆਂ, ਦੋ ਬੂਟੇ ਕਿ ਗ੍ਰਹਿ ਸ਼ਾਮ ਨੇ ਬਿਲਕੁਲ ਗੁਫ਼ਤਗੂ ਸ਼ਨੀਦ ਹੋਣੀ ਸੀ। ਮੇਰੀ ਜਾਨ ਵਤਨ ਬੇਨਿਸ਼ਾਨ ਹੋ, ਮੇਰੀ ਜਾਨ ਵਤਨ ਬੇਨਿਸ਼ਾਨ ਹੋ, ਮੁਝੇ ਜ਼ਿੰਦਗੀ ਕੀ ਦਵਾਨ ਦੇ, ਮੈਂ ਜਲਾ ਕੇ ਆਇਆ ਪਸ਼ਤੀਆਂ। ਇਹੋ ਜਿਹਾ ਮਾਹੌਲ ਜਿਹੜੇ ਸਾਡੇ ਪਰਦੇਸੀ ਭਰਾ ਆਏ ਉਹ ਤਾਂ ਮਿਸ ਕਰਨੇ ਹੀ, ਉਸਾਂ ਜਿਹੜੇ ਸਪੈਸ਼ਲੀ ਇੱਥੇ ਰਹੇ ਪਹਿਲੇ ਤਾਂ ਇਸ ਮਾਹੌਲ 'ਚੋਂ ਨਿਕਲੀ ਅਤੇ ਮੁੜੀ ਉੱਧਰ ਗਏ, ਉੱਥੇ ਦਿਹਾੜੀ ਰਾਤੀ ਕੰਮ ਕਾਜ ਕਰਨੇ ਰਹਿਣੇ, ਅਤੇ ਜਿਹੜਾ ਮੁੜੀ ਇੱਥੇ ਇਸਨੇ ਇਹੋ ਜਿਹੇ ਮਾਹੌਲ ਕੀ ਤੱਕਣੇ, ਤਾਂ ਜ਼ਾਹਰੀ ਗੱਲ ਹੈ ਉਹਨਾਂ ਕੀ ਕਾਫੀ ਸਕੂਨ ਮਹਿਸੂਸ ਹੋਣਾ ਸੀ, ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋਣੀਆਂ ਉਸ ਨੇ। ਬੇਸ਼ੱਕ ਹਰ ਸਾਈਡ ਆਪਾਂ ਜਿੱਧਰ ਨਜ਼ਰ ਮਾਰੋ ਕੋਠੀਆਂ ਪੱਕੇ ਮਕਾਨ ਬਣੇ ਗਏ, ਲੇਕਿਨ ਜਿਹੜਾ ਉਹਨੇ ਹੋਣਾ ਕਿ ਇਨਸਾਨ ਦੇ ਅੰਦਰ ਜਿਹੜਾ ਖੂਨ ਹੈ ਜਾਂ ਜਿਹੜੇ ਪੈਦਾਇਸ਼ ਜਗ੍ਹਾ ਪਰ ਹੋਈ ਵੀ ਹੈ, ਉਹ ਫਿਰ ਜਗ੍ਹਾ ਜਾਂ ਉਸ ਉਹ ਜਿਹੜਾ ਤਰਜ਼ ਜ਼ਿੰਦਗੀ ਸੀ ਉਸਕੀ ਨਹੀਂ ਭੁੱਲੀ ਸਕਣਾ। ਜਿੱਥੇ ਇੱਕ ਦਫ਼ਾ ਉਹ ਪੈਦਾ ਹੋਣਾ ਮੋੜੀ ਉੱਥੇ ਰਹਿਣਾ ਉਸ ਮਾਹੌਲ 'ਚ, ਉਸ ਮਾਹੌਲ 'ਚ ਭਾਵੇਂ ਅੱਗੇ ਨਿਕਲੀ ਜਿੱਥੇ ਮਰਜ਼ੀ ਜਾਏ, ਠੀਕ ਜਿਸ ਜਿੰਨੀ ਮਰਜ਼ੀ ਉਹ ਤਰੱਕੀ ਕਰੀ ਕਿਨਾ, ਲੇਕਿਨ ਉਸਦੀ ਆਪਣੀ ਉਹ ਜਿਹੜੀ ਆਪਣੀ ਜ਼ਮੀਨ ਹੋਣੀ ਹੈ ਉਹ ਇੱਕ ਮਾਂ ਦਾ ਦਰਜਾ ਰੱਖਣੀ, ਜਿਸ ਮਾਂ ਪਿਓ ਨਾਲ ਪਿਆਰ ਹੋਣਾ ਇਸ ਉਸ ਜ਼ਮੀਨ ਵਾਲੀ ਇਨਸਾਨ ਕੀ ਤਿਆਰ ਹੋਣਾ, ਲੇਕਿਨ ਜੇ ਨਵੀਂ ਜਨਰੇਸ਼ਨ ਉਸਕੀ ਸ਼ਾਇਦ ਨਾ ਪਤਾ ਹੈ, ਖਾਸ ਕਰ ਜਿਹੜੀ ਸ਼ਹਿਰਾਂ ਦੇ ਲੋਕ ਉਹਨਾਂ ਦੀ ਸ਼ਾਇਦ ਇੰਨਾ ਇਸ ਤਰ੍ਹਾਂ ਲੱਕੀ ਆ ਹੀ ਸਕਦੇ ਹਾਂ ਅਸਾਂ ਆਪਣੇ ਆਪ ਹੈ ਕਿ 90s ਵੀ ਜਿਹੜੀ ਦਾਈ ਹੈ ਉਸਨੇ ਵੀ ਜਿਹੜੇ ਪੈਦਾ ਹੋਏ ਉਹ ਸਮਝੋ ਆਖਰੀ ਉਹ ਤਬਕਾ ਆ ਹੀ ਸਕਦੇ ਹੋ,
ਕਿ ਜਿੰਨਾ ਪੁਰਾਣਾ ਦੌਰ ਵੀ ਤੱਕਿਆ ਆ ਤਾਂ ਨਵਾਂ ਦੌਰ ਵੀ ਤੱਕਣੇ ਪਏ ਤਾਂ ਹੁਣ ਜਿਹੜੀ ਨਵੀਂ ਜਨਰੇਸ਼ਨ ਅਸੀਂ ਵੀ 20 ਤੋਂ ਬਾਅਦ ਅੱਗੇ ਜਿਹੜੀ ਅਸੀਂ ਵੀ ਹੈ ਉਹ ਤਕਰੀਬਨ ਪੁਰਾਣੇ ਕਲਚਰ ਤੋਂ ਕਾਫੀ ਜ਼ਿਆਦਾ ਆਊਟ ਹੈ ਕੁਛ ਉਹਨਾਂ ਵਾਸਤੇ ਇਹ ਪੁਰਾਣਾ ਹੋਈ ਸੀ ਜਿਹੜਾ ਸਾਡਾ ਜਿਹੜਾ ਉਹ ਅਸਾਂ ਕੀ ਤੱਕਣੇ ਹਨ ਥੋੜ੍ਹੇ ਜਿਹੇ ਏਜਡ ਬੰਦੇ ਹੋ ਉਹਨਾਂ ਨਾਲ ਕੀ ਅਸਾਂ ਹੈ ਚਲੋ ਉਹਨਾਂ ਨੂੰ ਯਾਦ ਤਾਜ਼ਾ ਕਰੀ ਹੋਣਾ ਕਿ ਪੁਰਾਣੇ ਦੌਰ ਜਿਹੜਾ ਗੱਡੀਆਂ ਮੋਟਰਸਾਈਕਲ ਨਹੀਂ ਹੋਣੇ ਸੀ ਬੜੇ ਲੰਬੇ ਲੰਬੇ ਸਫ਼ਰ ਲੋਕ ਪੈਦਲ ਕਰਨੇ ਹੋਣੇ ਸੀ ਜਿਸ ਤਰ੍ਹਾਂ ਅਸਾਂ 2 ਵਜੇ ਬੈਠੇ ਹੋਏ ਹਾਂ ਇਸੇ ਤਰ੍ਹਾਂ ਆਰ ਥੋੜ੍ਹੀ ਦੇਰੀ ਬਾਅਦ ਕਿ ਸਾਹ ਕਿੰਨੇ ਨੇ ਮਾਰੇ ਆਉਣ ਸੀ ਕਿ ਚਲੋ ਛਟਕ ਥੋੜ੍ਹਾ ਸਾਹ ਚਾਹੀਦਾ ਨਾਲ ਚੂੜੋ ਵੀ ਹੋਣੇ ਸੀ ਕੋਈ ਗੱਡੇ ਕਾਸ਼ਾਨ ਵੀ ਹੋਣੇ ਸੀ ਜਿਹੜੇ ਲੋਕ ਚਾਹ ਕੋਈ ਕਰਨੇ ਸੀ ਕੋਈ ਸਾਦਾ ਸਮਾਨ ਵੀ ਹੋਣਾ ਬਿਲਕੁਲ ਅਸਾਂ ਤਾਂ ਖਾਲੀ ਜਰਾ ਨਹੀਂ ਅਸਾਂ ਤਾਂ ਹੁਣੇ ਖਾਲੀ ਜਰਾ ਤੁਸਾਂ ਨੂੰ ਯਾਦ ਤਾਜ਼ਾ ਕਰਨ ਮਾਰੇ ਵੀ ਗਿਆ ਵਰਨਾ ਥੱਕਣ ਕੋਈ ਨਹੀਂ ਹੋਈ ਸੀ ਤੇ ਬਿਹਣੇ ਦਾ ਮਕਸਦ ਅਸਲੇ ਇੱਕ ਹੈ ਸਾਦਾ ਨਾਂ ਲਿਆ ਕਿ ਅਸਾਂ ਕੀ ਅੱਗੇ ਪੁਰਾਣਾ ਜਿਹੜਾ ਡਡਿਆਲ ਸਾ ਉਸ ਤਰਫ ਜਿਹੜੀ ਰੋਡ ਜਾਣੀ ਹੋਣੀ ਸੀ ਉਹ ਦੱਸਣੇ ਨੇ ਮਾਰੇ ਆਏ ਵੀ ਅੱਜ ਤੇ ਰੋਡਾਂ ਨੇ ਜਿਹੜਾ ਹਾਲਾਤ ਤੱਕ ਹੋਇਆ ਕਿੰਨੀ ਸੋਹਣੀ ਸੂਰਜ ਦਾ ਰਿਫਲੈਕਸ਼ਨ ਉਸ ਸਾਈਡ ਉੱਪਰੋਂ ਆ ਤੇ ਚਲੋ ਹਾਂ ਬਿਲਕੁਲ ਅਸਲ ਚੀਜ਼ ਇਹ ਹੈ ਨਾ ਜਿਹੜਾ ਪੁਰਾਣਾ ਡਡਿਆਲ ਸ਼ੁਰੂ ਹੋ ਗਿਆ ਜਿਹੜਾ ਇਹ ਪਠਾਣ ਇਹ ਪੁਰਾਣਾ ਡਡਿਆਲ ਵਿੱਚ ਸ਼ਾਮਲ ਹੋਣਾ ਸਾ ਠੀਕ ਹੈ ਤੇ ਇਹ ਅੱਗੇ ਇਹ ਸਾਰੇ ਪੁਰਾਣਾ ਡਡਿਆਲ ਹੀ ਆ ਲਖਣੇ ਆ ਕਿ ਹੁਣ ਸਾਡੇ ਮਕਾਨ ਸ਼ਕਾਨ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਨਜ਼ਰ ਕਿਉਂਕਿ ਇਹ ਪਾਣੀ ਸੁਣਾਉਣਾ ਜਿਹਨੂੰ ਤਾਂ ਪਾਣੀ ਆ ਕਿ ਜਲਦੀ ਇਹ ਵਾਪਸ ਅੱਛਾ ਪਾਣੀ ਆਇਆ ਸਨੇਹ ਨਹੀਂ ਜੇ ਨਹੀਂ ਆਇਆ ਆਇਆ ਨਾ ਪਾਣੀ ਇਹ ਦਫਾ ਪਾਣੀ ਬਹੁਤ ਤੇਜ਼ੀ ਨਾਲ ਲੇਤਾ ਵਾਪਸ ਉਹਨਾਂ ਰੀਜ਼ਨ ਸ਼ਾਇਦ ਕੋਈ ਦਸੰਬਰ ਤੱਕ ਸ਼ਾਇਦ ਉਸ ਨਾਲ ਵੀ ਕੰਮ ਸ਼ੁਰੂ ਹੋ ਸੀ ਇਸ ਵਜ੍ਹਾ ਤੋਂ ਪਾਣੀ ਜਲਦੀ ਟਾਲੀ ਉੜਿਆ ਨੇ ਬਿਸ਼ਕਹਿਰਾ ਵਿੱਚ ਤ੍ਰਿਆਣੇ ਬਿਸ਼ਕਹਿਰਾ ਵਿੱਚ ਇੱਕ ਬਹੁਤ ਬੜਾ ਖੂਹ ਆ ਅਤੇ ਮਾਇਆ ਮਾੜੀ ਵਾਜ ਇੱਥੇ ਥੱਲੇ ਨਾ ਡੁੱਬੀ ਜਾ ਪਾਰ ਤੁਸੀਂ ਭੈਣਾਂ ਭਰਾ ਦੀਆਂ ਔਰ ਇਰਫਾਨ ਸਾਹਿਬ ਤੱਕ ਪਹੁੰਚਣੀ ਚਾਹੀਦੀ ਹੈ ਸਫ਼ਰ ਸਾਡਾ ਜਾਰੀ ਆ ਹੁਣ ਇਸ ਤਰ੍ਹਾਂ ਜਾਰੀ ਕਰੀ ਡੇਮ ਵਾਲੀ ਸਾਈਡ ਵੀ ਜਾ ਸਾਂ ਆ ਲੇਕਿਨ ਜਾਣਿਆ ਜਾਣਿਆ ਸੀ ਕਿ ਖੂਹ ਨਜ਼ਰ ਆਇਆ ਤਾਂ ਸਾਇਆ ਚਲੋ ਇਹ ਵੀ ਤੁਸੀਂ ਕੀ ਦੱਸੀ ਜਾ ਬਿਲਕੁਲ ਭਾਪੇ ਵੈਸੇ ਗੱਲ ਮੈਂ ਕਰਸਾਂ ਕਿ ਇਨਸਾਨ ਨੇ ਫਿਤਰਤ ਆ ਇਨਸਾਨ ਮਤਲਬ ਹੀ ਹੈ ਇਹ ਤਾਂ ਕੋਈ ਸ਼ੱਕ ਨਹੀਂ ਹੈ ਅਸਾਂ ਕਿ ਜਿਹੜਾ ਕਿਸੇ ਚੀਜ਼ ਦਾ ਮਤਲਬ ਹੋਣਾ ਨਾ ਅਸਾਂ ਉਸਨੇ ਵਾਸਤੇ ਹੈ ਜੋ ਕੁਝ ਕਰਨਾ ਚਾਹੁੰਦੇ ਹਾਂ ਉਸਕੀ ਤਿਆਰ ਕਰਨੇ ਹਾਂ ਜਾਂ ਉਸਨੇ ਅਸਾਂ ਜਿਹੜੇ ਪਾਪੜ ਪੇਲਨੇ ਪੈਣੇ ਉਹ ਕਰਨੇ ਹਾਂ ਜਿਹੜਾ ਸਾਡਾ ਜਿਹੜਾ ਮਤਲਬ ਪੂਰਾ ਉਸ ਤੋਂ ਬਾਅਦ ਅਸਾਂ ਘਾਲ ਕਰਨੇ ਹਾਂ ਉਸ ਚੀਜ਼ਾਂ ਨਾਲ ਇਹ ਜਿਹੜੀ ਸਾਡੇ ਸਾਹਮਣੇ ਸੁਰਤ ਹਾਲ ਬਣਦੀ ਵੀ ਹੈ ਖੂਹ ਇਹ ਨਹੀਂ ਸੁਰਤ ਹਾਲ ਤਾਂ ਕੀ ਸਕਣੀ ਉਹ ਕਿ ਇਸ ਲੈ ਗੰਦਾ ਹੋਇਆ ਵਾ ਉਹ ਤਰੁੱਟਣਾ ਜਾਣਾ ਪਿਆ ਯਾਨੀ ਕਿ ਹੁਣ ਅਸਾਂ ਕਿਸੇ ਦੀ ਜ਼ਰੂਰਤ ਨਹੀਂ ਰਹੀ ਠੀਕ ਹੈ ਦੂਸਰੇ ਨੰਬਰ ਰੋਡ ਨੇ ਹਾਲਾਤ ਸਾਂਸ਼ਨੀਆਂ ਵਾ ਜਿਸ ਦਾ ਜ਼ਿਕਰ ਕਰੀ ਰਹੇ ਸੀ ਰੋਡ ਤੱਕ ਇਨਸਾਨ ਇੱਧਰ ਇੱਧਰ ਜਿਹੜੇ ਵੀ ਲੋਕ ਰਹਿਣੇ ਬਸ ਆਪਣੀ ਜ਼ਰੂਰੀਆਤ ਵਾਸਤੇ ਕੋਈ ਗੰਦਮ ਕਾਸ਼ਤ ਕਰਨੀ ਪਿਆ ਉਹ ਕਟਾਈ ਵਾਸਤੇ ਜਾਂ ਫਿਰ ਥੋੜ੍ਹਾ ਬਹੁਤ ਜਿਹੜਾ ਆਉਣਾ ਜਾਂ ਕੋਈ ਕਬਰਾਂ ਹੀ ਜਿਹੜੀਆਂ ਉੱਧਰ ਜਾਣੇ ਨੇ ਤਾਂ ਉਹ ਘੈ ਰੋਡ ਦਾ ਖਿਆਲ ਕੋਈ ਨਹੀਂ ਰੱਖਿਆ ਜਾਣਾ ਪਿਆ ਸਰੀ ਬਨਿਸਬਤ ਅਗਰ ਅਸਾਂ ਫਾਰਨ ਕੰਟਰੀਜ਼ ਕੀ ਤੱਕਿਆ ਉਹ ਜਿਤਨੀਆਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਆ ਆਪਣੇ ਮੁਲਕ ਦੇ ਅੰਦਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਜਾਂ ਕਦੀਮ ਰਵਾਇਤ ਜਾਂ ਉਹਨਾਂ ਕੀ ਉਹ ਬੜਾ ਸੰਭਾਲੇ ਰੱਖਣਾ ਉਹ ਇਹਨਾਂ ਚੀਜ਼ਾਂ ਕਿ ਜਿਹੜਾ ਨਾ ਆਪਣੇ ਮੁਲਕ ਵਾਸਤੇ ਫਾਇਦੇਮੰਦ ਬਣਾਉਣੇ ਵਾਸਤੇ ਇਹ ਜਿਹੀ ਜਗ੍ਹਾ ਪਰ ਕਿਆ ਕਰਨੇ ਉਹ ਪਾਰਕ ਬਣਾਉਣੇ ਜਾਂ ਫਿਰ ਹੋ ਸਕਣਾ ਉਹ ਐਸੀ ਇਨਵੈਸਟਮੈਂਟ ਕਰ ਸਕਣ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਉਸ ਤਰਫ ਹੈ ਜਾਣ ਸੈਰ ਤਫਰੀਹ ਕਰਨ ਵਾਸਤੇ ਤਾਂ ਉਹਨਾਂ ਨੇ ਮੁਲਕ ਕਿਆ ਉਹਦੀ ਫਾਇਦਾ ਹੋ ਸੀ ਚੋ ਕਹਿੰਦੇ ਇੱਥੇ ਪਾਰਕ ਬਣੋ ਬਿਲਕੁਲ ਯਾਨੀ ਕਿ ਇਸ ਏਰੀਏ 'ਚ ਕਿਹਾ ਸਾਡੇ ਕੋਲ ਜਿੰਨਾ ਆਤਾ ਆ ਸਾਡੇ ਕੋਲ ਜਿੰਨਾ ਏਰੀਆ ਇਸ ਏਰੀਆ ਨਾਲ ਪਿਆ ਵਾ ਡੈਮ ਤੋਂ ਅੱਠੀ ਤਾਂ ਜ਼ਰੂਰੀ ਕਿ ਡੈਮ ਦਾ ਜਿਹੜਾ ਆਤਾ ਅਸ਼ਨਾ ਪਿਆ ਡੈਮ ਤੋਂ ਪਹਿਲਾਂ ਜਗ੍ਹਾ ਤਾਂ ਥੀਆਂ ਹੋਈਆਂ ਕਾਫੀ ਜ਼ਿਆਦਾ ਇਸ ਖੁਆਈ 'ਚ ਉੱਥੇ ਜੋਲਾਂ ਉਹ ਪਾਪੇ ਗੱਲ ਕਰਨਾ ਸਾ ਮੈਂ ਇੱਕ ਅੱਛਾ ਅੱਛਾ ਇਹ ਚੀਜ਼ਾਂ ਨਾ ਕਿ ਕੁਝ ਮੌਕੇ ਐਸੇ ਹੋਣੇ ਨਾ ਜਿਨ੍ਹਾਂ ਵਰਗ ਸਭ ਬੰਦੇ ਨੇ ਅਹਿਮੀਅਤ ਨਾਲ ਪੂਰਾ ਦਾ ਅਹਿਸਾਸ ਹੋਣਾ ਆ
ਜਿਹੜੀ ਮੁਗਲੀਆ ਸਲਤਨਤ ਤਬਾਹ ਹੋਈ ਨਾ, ਉਹਨਾਂ ਮੁਗਲਾਂ ਕੀ ਕੋਈ ਪੁੱਛਿਆ ਕਿ ਤੁਸੀਂ ਇਹ ਮੁਗਲ ਜਿਹੜਾ ਰੁਕੀਆਂ ਨਹੀਂ ਆਈ ਗਿਆ ਬਾਈ ਨਾ, ਉਹ ਮੌਕਾ ਸਾਣਾ ਤੱਕਿਆ ਮਿਹਰਬਾਨੀ ਇੱਥੋਂ ਹਾਲੀ ਨੇ ਦੱਸੋ ਚਲੋ ਭੈਣਾ ਭਰਾ ਕੇ ਉਮਰ ਸਹੀ ਬਿਆ ਦੇਣਾ ਹੋਇਆ ਵੀ ਬਿਆ ਨੇ ਇੱਧਰੋਂ ਹਾਲੀ ਆ ਤੁਸੀਂ ਗਲਤ ਖਲਤੇ ਹੋਏ ਉਹ ਪਾਰੋ ਹਾਲੀ ਆ ਤੇ ਨਾ ਵੈਸੇ ਵਾਕਿਆ ਹੈ ਜੀ ਚੰਗਾ ਹੋਈ ਗਿਆ ਵਜ਼ਨ ਥੋੜਾ ਨਾ ਇਸ ਮਨ ਬੱਚੀ ਗਿਆ ਮੁਗਲੀਆ ਦੌਰ ਨੇ ਰਵਾਇਤ ਨਾ ਆਣੇ ਸੀ ਚਲੋ ਮੁਗਲੀਆ ਦੌਰ ਉੱਪਰ ਜ਼ਵਾਲ ਆਈ ਗਿਆ ਜੋ ਕੁਝ ਹੋਣਾ ਸੋ ਹੋਈ ਗਿਆ ਉਸ ਤੋਂ ਬਾਅਦ ਕਿਤਨੇ ਕਦੀਮ ਜਗ੍ਹਾ ਜਿਹੜੀਆਂ ਉਸ ਦੌਰ ਨੇ ਕਿਲੇ ਬਣਤੇ ਹੋਏ ਨੇ ਬੇਸ਼ੁਮਾਰ ਜਗ੍ਹਾ ਜੇ ਅਗਰ ਅੱਜ ਉਸ ਕੀ ਪ੍ਰੋਟੈਕਟ ਕੀਤਾ ਜਾਣਾ ਤਾਂ ਉਹਨਾਂ ਜਗ੍ਹਾ ਪਰ ਫਾਇਦਾ ਨਹੀਂ ਚਾਹੀ ਸਕਣੀ ਸੀ ਗੌਰਮੈਂਟ ਮੁਗਲੀਆ ਸਲਤਨਤ ਦੇ ਬਣਿਆ ਕਿਤਨੀਆਂ ਬਣੀਆਂ ਜਿਹੜੀ ਨੌਜਵਾਨ ਮੁਗਲੀਆ ਨਸਲ ਹੀ ਨਾ ਉਸਨੇ ਹਿਫਾਜ਼ਤ ਨਹੀਂ ਕਰੀ ਸਕੇ ਨਵੇਂ ਬਣਾਉਣਾ ਤਾਂ ਦੂਰਾ ਨਹੀਂ ਗੱਲ ਹੀ ਨਾ ਜੀ ਇਹ ਨੌਜਵਾਨ ਨਸਲ ਨੇ ਹਿਫਾਜ਼ਤ ਨਹੀਂ ਗੱਲ ਨਹੀਂ ਇਹ ਗੌਰਮੈਂਟ ਦਾ ਕੰਮ ਹੈ ਜਿਹੜੀ ਚੀਜ਼ਾਂ ਸਾਰੀਆਂ ਗੌਰਮੈਂਟ ਆਪਣੇ ਕਬਜ਼ੇ ਕਰੀ ਕਿੰਨੀਆਂ ਅਸਾਂ ਕਿਸ ਤਰ੍ਹਾਂ ਹਿਫਾਜ਼ਤ ਕਰਾਂ ਤੱਕੋ ਜਿਹੜਾ ਗੌਰਮੈਂਟ ਬਹੁਤ ਸਾਰੇ ਆਵਾਮ ਹੈ ਨਾ ਤੱਕੋ ਕਿਤਨੇ ਮੁਤਾਲਬਾਤ ਪੂਰੇ ਕਰਵਾਏ ਗਏ ਨੇ ਤੁਹਾਡੀ ਸੋਚ ਆ ਤੁਸੀਂ ਨਹੀਂ ਕੀਆਣੀ ਮੈਂ ਇਹ ਉਹ ਨਹੀਂ ਅਸਾਂ ਨਹੀਂ ਤਾਂ ਹੋਈ ਨਹੀਂ ਸਕਣੀ ਨਾ ਜੀ ਮੁਗਲੀਆ ਸਲਤਨਤ ਦੀ ਨਾ ਖੂਆ ਕਿ ਉਹਨੋਂ ਸੰਭਾਲੀ ਸਕਣੇ ਉਸਦਾ ਰੀਜ਼ਨ ਇਹ ਆ ਕਿ ਪਾਣੀ ਡਰੀਸ਼ ਨਾ ਹਰ ਸਾਲੋ ਸਾਲ ਇਹਨਾਂ ਕੋਈ ਪ੍ਰੋਟੈਕਟ ਨਹੀਂ ਮੇਰੀ ਗੱਲ ਨਹੀਂ ਕੀਤੀ ਬੇਸਿਕਲੀ ਸਹੀ ਕਹਿ ਸਕੂ ਮੈਂ ਕਿ ਟਾਰਗੇਟ ਕਰੀ ਕਿੰਦਾ ਆ ਹਾਲਾ ਜੀਰੋ ਦੋ ਓਵਰਆਲ ਹੋਰ ਵੀ ਤਾਂ ਕੂਏ ਫੇਰ ਆ ਗਿਆ ਦਿਸਣਾ ਪਿਆ ਬਸ ਠੀਕ ਹੈ ਜ਼ਰਾ ਨਾ ਸਕੋ ਮਾਸ਼ਾਅੱਲਾ ਵਿਊ ਬੜਾ ਖੂਬਸੂਰਤ ਆ ਮਾਸ਼ਾਅੱਲਾ ਜੀ ਪਾਣੀ ਬੜਾ ਤੇਜ਼ੀ ਨਾਲ ਗਿਆ ਨੀਚੇ ਜੀ ਪਾਣੀ ਜਿੰਨਾ ਜਲਦੀ ਆਇਆ ਉਤਨਾ ਜਲਦੀ ਮੁੜ ਗਿਆ ਵੀ ਠੀਕ ਵੋਗੀ ਤੂੰ ਸ਼ਾਮਾਂ ਨੂੰ ਕੀ ਹੈ ਦਹਿਸ਼ਤ ਤਾਂ ਪੁਰਾਣੀ ਡਡਿਆਲ ਵੀ ਬਾਕੀ ਜਿੰਨੀਆਂ ਵੀ ਚੀਜ਼ਾਂ ਸੀ ਉਹ ਖਤਮ ਹੋ ਗਈਆਂ ਖਤਮ ਹੋ ਗਈਆਂ ਆਖ ਚੀਜ਼ ਜਿਹੜੀ ਆ ਉਹ ਪਹਿਚਾਨ ਛੋਨੀ ਹੈ ਉਹ ਕਹਿ ਆਈਆਂ ਜੜੀਆਂ ਆਈਆਂ ਕਬਰਾਂ ਕਬਰ ਇੱਕ ਐਸੀ ਚੀਜ਼ ਜਿਹੜੀ ਸਾਫੜੀ ਖੁਣ ਨੂੰ ਜਾਣੀ ਨਜ਼ਰ ਆਏ ਰੇ ਪੁਰਾਣੇ ਦੋਸਤ ਪੁਰਾਣਾ ਡਡਿਆਲ ਜਿਲ੍ਹਾ ਸੀ ਉਸ ਬਿਲਡਿੰਗ ਸੀ ਹੁਣ ਇਸਨੇ ਵਿੱਚ ਕਿਸੇ ਨਾਲ ਕਾਰ ਹੈ ਜਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਵੀ ਬਿਲਡਿੰਗ ਆਇਆ ਸੀ ਕਿ ਉਸਨੇ ਕਾਫੀ ਜ਼ਿਆਦਾ ਆਸਾਰ ਇੱਥੇ ਪਾਏ ਜਾਣੇ ਨੇ ਇੱਟਾਂ ਪਈਆਂ ਵੀ ਆ ਬਾਕੀ ਮਲਬਾ ਉੱਥੇ ਹੀ ਪਿਆ ਵਾ ਇੱਕ ਹੋਰ ਚੀਜ਼ ਆ ਭਾਪੇ ਇੱਥੇ ਬਾਕੀ ਸਭ ਕੁਝ ਮਸਮਾਰ ਕਰੀ ਉੜੇ ਨੇ ਟੈਂਕੀ ਕੀਆਂ ਰਹੀ ਭਾਪੇ ਮੈਂ ਇੱਕ ਤੋਂ ਇਹ ਵੀ ਬਣਾਉਣਾ ਸਾਂ ਕਿ ਇਹ ਵਾਹਿਦ ਐਸੀ ਜਗ੍ਹਾ ਜਿੱਥੇ ਇਹ ਮਟੀਰੀਅਲ ਦਾ ਪਿਆ ਵਾ ਬਾਕੀ ਅਸਾਂ ਪੂਰੀ ਇਹ ਪੁਰਾਣੀ ਡਡਿਆਲ ਫੇਰੇ ਹਾਂ ਕਿਸੇ ਜਗ੍ਹਾ ਅਸਾਂ ਕੀ ਮਟੀਰੀਅਲ ਨਹੀਂ ਦਿਸਿਆ ਹਾਂ ਸ਼ਾਇਦ ਹੋਈ ਸਕਣਾ ਕਿ ਜਿਹਨੂੰ ਇਹ ਵੀ ਅਗਲੇ ਸਾਲ ਅੱਛਾ ਆਇਆ ਅਗਲੇ ਸਾਲ ਸ਼ਾਇਦ ਇਹ ਵੀ ਨਹੀਂ ਆਏਗਾ ਕਿ ਖਾਸ ਕਰ ਇੱਟਾਂ ਸ਼ਿਟਾਈਆਂ ਨਾ ਇਹ ਨਹੀਂ ਛੋਣੇ ਲੋਕ ਚੁਣੀ ਕਿੰਜਾ ਸੁਣੇ ਵੀ ਲੈਕਣੇ ਆ ਕਿ ਅਗਰ ਕੋਈ ਰਹਿਣੇ ਆ ਤਾਂ ਉਹ ਜਿਹੜੇ ਇਹਨਾਂ ਸਾਨੂੰ ਤਾਰੀਖੀ ਮਕਾਮਾਤ ਰਹਿਣੇ ਕਬਰਾਂ ਰਹਿ ਗਈਆਂ ਜਾਂ ਦਰਬਾਰਾਂ ਹੀ ਆ ਉਹ ਰਹਿ ਗਈਆਂ ਤਾਂ ਜਾਂ ਇੱਕੋ ਟੈਂਕੀ ਰਹੇਗੀ ਜਿਸਨੇ ਅਸਾਂ ਜਾ ਇਹਨਾਂ ਦੀ ਆਉਂਗੇ ਦੱਸਦਾ ਉਹ ਵੀ ਆ ਫਿਰ ਕਲਰੋੜੀ ਮਸਜਿਦ ਹੋਈ ਗਈ ਇਹ ਤਾਂ ਤਾਰੀਖੀ ਮਕਾਮਾਤ ਇੱਕੋ ਤਾਰੀਖੀ ਮਕਾਮਾਤ ਜੋ ਬੁਨ ਆਈ ਆਈ ਥਿੰਕ ਉਸਕੀ ਕਿਆ ਆਣੇ ਸਮਝੇ ਕਿਲਾ ਨਹੀਂ ਕੁਝ ਹੋਰ ਸੀ ਉਸਕੀ ਆਣੇ ਮੰਦਰ ਆਣੇ ਕੁਝ ਬੰਦੇ ਮੰਦਰ ਆਣੇ ਕੁਝ ਹਰ ਬੰਦੇ ਨੇ ਆਪਣੀ ਆਪਣੀ ਕੀ ਜਗ੍ਹਾ ਆ ਕਿ ਉਸ ਜਗ੍ਹਾ ਕੀ ਕਿਆ ਆਖਿਆ ਜਾਂਦਾ ਇਸ ਤੋਂ ਇਲਾਵਾ ਬਾਕੀ ਤਾਂ ਰਹੀ ਮਕਾਮਾਤ ਜੀ ਜਾਂ ਸਾਡੇ ਡਡਿਆਲੀ ਦੋ ਚੀਜ਼ਾਂ ਰਹੀ ਹੁਣ ਜਿਹੜਾ ਕੋਈ ਵੀ ਇਲਾਕੇ ਨਹੀਂ ਕੋਈ ਮਤਲਬ ਪਹਿਚਾਣ ਤੋਂ ਹੋਣੀ ਆ ਉਹ ਜਿਹੜੀਆਂ ਕਬਰਾਂ ਹੀ ਆ ਬਸ ਉਹਨਾਂ ਤੋਂ ਇਹ ਪਤਾ ਲਾਣਾ ਕਿ ਇਹ ਫਲਾਣੀ ਏਰੀਆ ਸਾਡਾ ਇੱਥੇ ਆਬਾਦੀ ਬਿਲਕੁਲ ਇਹ ਆ ਕਿ ਪਾਣੀ ਵੀ ਤਾਂ ਕਾਫੀ ਹੱਦ ਤੱਕ ਉਸਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲਈ ਗਿਆ ਆ ਹੁਣ ਜੁਲੇ ਆ ਕਿਨਾਰੇ ਪਰ ਫਾਈਨਲੀ ਹੁਣ ਅਗਰ ਪਾਣੀ ਆ ਗਿਆ ਵੈਸੇ ਇਹ ਤਾਂ ਆਏ ਸਕਣੇ ਪੁਰਾਣਾ ਡੁੱਡਿਆ ਖਤਮ ਹੋ ਗਿਆ ਲੇਕਿਨ ਅੱਗੇ ਆ ਗਿਆ ਚਿੱਕੜ ਆਈ ਗਿਆ ਇਹ ਜਿਹੜੇ ਲੱਗੀਆਂ ਹੋਈਆਂ ਛੁੱਟੀਆਂ ਜੀਆਂ ਇਹ ਜਿਹੜਾ ਪਾਣੀ ਉੱਪਰ ਸ਼ਾਂਤ ਉਲਾ ਫਿਰ ਉਹ ਜਿਹੜੇ ਮੱਛੀਆਂ ਨੇ ਸ਼ਿਕਾਰ ਕਰਨ ਵਾਲੇ ਹੋਣੇ ਨਾ ਉਹ ਫਿਰ ਆਪਣੇ ਜਿਹੜੇ ਸਿਸਟਮ ਹੋਣਾ ਉਹਨਾਂ ਨਾਲ ਜੁਗਾੜ ਸ਼ਿਕਾੜ ਉਹ ਲਾਉਣੇ ਹਨ ਮੁਰਗਾਬੀ ਆ ਸਾਡੇ ਸਾਹਮਣੇ ਹੀ ਹੈ ਲੇਕਿਨ ਸ਼ਿਕਾਰ ਕੌਣ ਕਰੇ ਲੱਖਾਂ ਸ਼ਿਕਾਰ ਨਾ ਕਰ ਸਕਦੇ ਇਸ ਤਰ੍ਹਾਂ ਸਭ ਕੋਈ ਹਿੰਮਤ ਕਰ ਸਕਦੇ ਉਹਦਾ ਸਰ ਉਸ ਜਿਹੜਾ ਰਸਲਾਂ ਨਾਲ ਨਹੀਂ ਕੁਝ ਹੋ ਸਕਿਆ ਤਾਂ ਅੱਜ ਹਾਲ ਹੀ ਆਤੀ ਚਲੋ ਭੈਣ ਭਰਾ ਹੁਣ ਇਹ ਕਿ ਪੁਰਾਣਾ ਡੁੱਡਿਆ ਲੈਂਡ ਹੋ ਗਿਆ
ਸੋ ਕੋਸ਼ਿਸ਼ ਤਾਂ ਸਾਨੂੰ ਇਹ ਸੀ ਕਿ ਜਿਹੜੀ ਜਿਹੜੀ ਕੋਈ ਖਾਸ ਚੀਜ਼ ਹੈ ਅਸਾਂ ਜਿਸ ਏਰੀਆ 'ਚ ਲੱਭਣੀ ਹੈ ਉਹ ਜ਼ਰੂਰ ਦੱਸਾਂ, ਤਾਂ ਬਾਕੀ ਅਗਰ ਪੁਰਾਣੇ ਡੜਿਆਲ ਨਾਲ ਕੋਈ ਹੋਰ ਏਰੀਆ ਕੋਈ ਹੋਰ ਸਾਈਡ ਤੱਕਣੇ ਵਾਲੇ ਪੈਣਾ ਭਰਾ 'ਚੋਂ ਕੋਈ ਤੱਕਣਾ ਚਾਹੁੰਦਾ ਆ ਸੋ ਚਲੋ ਅਸਾਂ ਬਾਈ ਉੜਿਆ ਉਹ ਏਰੀਆ ਵੀ ਅਸਾਂ ਵਿਜ਼ਿਟ ਕਰੀ ਦਿੰਦਾ ਹਾਂ। ਹੁਣ ਇਹ ਕਿ ਸੂਰਜ ਦੀਆਂ ਕਿਰਨਾਂ ਡਾਇਰੈਕਟ ਅੱਖੀਆਂ ਲਾਉਣੀਆਂ ਪਈਆਂ, ਯਾਨੀ ਸੂਰਜ ਡੁੱਬਣੇ ਵਾਲਾ ਵੀ ਹੋਇਆ ਵਾ, ਅਸਾਂ ਵੀ ਇਹ ਕਿ ਆ ਜਿਹੜਾ ਪੁਰਾਣੇ ਡੜਿਆਲ 'ਚ ਇੱਥੋਂ ਵਾਪਸ ਨਵੇਂ ਜੀ ਡੁੱਬਣੇ ਵਾਲਾ ਹੀ ਆ, ਯਾਨੀ ਐਂਡ ਹੋਣੇ ਵਾਲਾ, ਇਸ ਨਵੇਂ ਐਂਡ ਹੋਣੇ ਵਾਲਾ। ਤੇ ਇਹ ਕਿ ਉਮੀਦ ਦੱਸੋ ਕਿ ਇੰਨੀ ਪੁਰਾਣੀ ਵੀਡੀਓ ਪਸੰਦ ਆਈ ਹੋਸੀ, ਇਨਸ਼ਾਅੱਲਾ ਅੱਜ ਦੀ ਪੁਰਾਣੀ ਵੀਡੀਓ ਨਹੀਂ ਪਾਵੇ, ਅੱਜ ਡੜਿਆਲ ਦੀ ਵੀਡੀਓ। ਹਾਂ ਮੈਂ ਅਸਲੇ ਪੁਰਾਣੇ ਦੌਰ ਹੀ ਗਿਆ ਸੀ, ਹਾਂ ਥੋੜੀ ਜਿਹੀ ਡੋਕ ਟੋਕ ਹੋਈ ਤਾਂ ਭਾਈ ਹੋਰ ਕਿਤੇ ਐਕਟਿਵ ਹੋਈ ਗਈ, ਹੁਣ ਮੌਕਾ ਲਾਉਂਦੇ ਕਿ ਕੜਾ ਲੰਮੇ ਜਾਣਾ। ਠੀਕ ਹੈ ਚਲੋ, ਜੋ ਹੋਣਾ ਸਾ ਜਿਹੜਾ ਤੀਰ ਚੱਲਣਾ ਹੋਣਾ ਆ ਉਹ ਤਾਂ ਚਲੀ ਜਾਣਾ ਆ, ਉਹਨਾਂ ਕੋਈ ਨਿਯਮ ਬਦਲ ਨਹੀਂ ਹੋਈ ਸਕਣਾ, ਵੀਡੀਓ ਨਹੀਂ ਕਰਨੇ ਐਂਡਿੰਗ ਇਨਸ਼ਾਅੱਲਾ ਨੈਕਸਟ ਵੀਡੀਓ ਮਿਸ ਹੋ ਸਕਦੀ ਆ। ਆਪਣੇ ਸਾਥ ਨੇ ਕਹਿੰਦੇ ਬਹੁਤ ਸਾਰਾ ਯਾਦ ਰੱਖਿਆ, ਦੁਆ ਜਸਾਂ ਕੋਈ ਯਾਦ ਰੱਖਿਆ ਭਾਵੇਂ ਬੀਮਾਰੀ ਲਾ ਬੋਲੇ ਚਾਹੁੰਦਾ ਇਹ ਮਾਨ ਲਾ ਕਿ ਅਸਾਂ ਕੋਈ ਯਾਦ ਰੱਖਿਆ ਤਾਂ ਅੱਲਾਹ ਤੁਸੀਂ ਸਲਾਮਤ ਰੱਖਣ ਦਾ ਸੀ ਮਾਨ ਲਾ।